मानसा जिले के चनीर ब्लाक के पिंड बाजेवाल विखे ग्राम सभा की गई। इस सभा के विशेष तौर पर ADC टी बैनथ पहुंचे। इस ग्राम सभा के वड्डी गिणती पिंड वासियों ने भाग लिया। इस तो पहला भी पिंड बाल सभा करवाई गई, जिस बच्चों मिल रही सहूलतों बारे जानकारी दी गई और उन्होंने मंगों में भी मौके पर लिखा गया। इस दे नाल ही आ रही मुश्किलों बारे महिला सभा भी कराई गई, जिस औरतां वड्डी गिणती शामिल हुई औरतों आ रही मुश्किलों बारे जाणू करवाया गया और औरतों ने बाद अधिकारों के बारे भी जानकारी दी गई। इस मौके पर ADC टी बैनथ ने बोलदिया कहा कि पंजाब और केंद्र सरकार वालों मिली सहूलतों घर घर पहुँचाया जा रहा है। अगले साल का बजट भी तैयार किया गया। BDPO चनीर कुसुम अग्रवाल ने करवाई जा रही ग्राम सभावां बारे विस्तार पूर्वक जानकारी दी। इस मौके सरपंच पुलजीत सिंह वाजेवाला ने पिंड विच कीते गए विकास कार्यों के बारे दस्या। इस मौके दे पाल सिंह, पंचायत सकत्तर रावल सिंह, जसवंत सिंह, जगपाल सिंह, बलजीत कौर, गुरजीत सिंह, नायब सिंह, जसदेव सिंह, बिंदर सिंह आदि मौजूद सन। वार्ड नंबर 7 तों बोलदा, जो कि साढ़े वधिया काम होए ने गे, सीवे दा काम भी होया ते गलियां नालियां भी बणियां है। मेरे वार्ड च इक सरकारी हस्पताल भी बणिया है ते अपना वालीबाल का ग्राउंड भी बनया होया है। कोई जेडे काम रहिंदे ने सारे आ जांदे उधरले पासे वार्ड दे, ओ असीं जरूर करांगे। तुहानूं अज दिखावांगे ते जो तुहाडे कोई काम रहिंदे ने तां तुसीं कोई कल्ला कल्ला जणा दस सकदे। एक अपने जिवें मन लो टोबे दी है, चार दवारी इहदा काम रहिंदा है। एक अपना टोबा आपां पट्टांगे, इह भी काम करावांगे। ਜਿਹੜੇ ਰਹਿੰਦੇ ਕੰਮ ਨੇ ਸਾਨੂੰ ਧਿਆਨ ਚ ਲਿਆ ਦਿਓ, ਜਿੰਨੇ ਸਾਡੇ ਧਿਆਨ ਚ ਨੇ ਉਹ ਕਰਾਂਗੇ ਤੇ ਤੁਸੀਂ ਵੀ ਦੱਸਿਓ ਕੀ ਕੰਮ ਰਹਿੰਦੇ। ਬਾਥਰੂਮ ਦੇ ਪੈਸੇ ਕਿਸੇ ਉਹ ਕਰੇ ਸੀ ਭਰੇ ਸੀ, ਉਹਦੇ ਨੀ ਕੋਈ ਸਿਰ ਬਣੇ। ਹਾਂ, ਉਹ ਅਸੀਂ ਆਪਦੇ ਕੋਲੋਂ ਵੈਦੂ ਚੱਕ ਕੇ ਕਰਕੇ ਫਿਰ ਅੱਜ ਬਲਾਕ ਚਨੀਰ ਦੀ ਗ੍ਰਾਮ ਪੰਚਾਇਤ ਬਾਜੇਵਾਲਾ ਵਿਖੇ ਗ੍ਰਾਮ ਸਭਾ ਦਾ ਇਜਲਾਸ ਕੀਤਾ ਗਿਆ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸੌਣੀ ਦਾ ਇਜਲਾਸ ਅੱਜ ਕੀਤਾ ਗਿਆ। ਪਿੰਡ ਗ੍ਰਾਮ ਸਭਾ ਬਾਜੇਵਾਲਾ ਵਿਖੇ ਅਸੀਂ ਇੱਕ ਮਾਡਲ ਗ੍ਰਾਮ ਸਭਾ ਦਾ ਆਯੋਜਨ ਕੀਤਾ ਸੀ, ਜਿੱਥੇ ਅਸੀਂ ਪਹਿਲਾਂ ਬਾਲ ਸਭਾ ਕੀਤੀ। ਪੰਚਾਇਤ ਵੱਲੋਂ ਸਕੂਲ ਵਿੱਚ ਜਾ ਕੇ ਬੱਚਿਆਂ ਦੀਆਂ ਅਤੇ ਸਕੂਲ ਦੀਆਂ ਡਿਮਾਂਡਸ ਲਈਆਂ ਗਈਆਂ। ਫਿਰ ਅਸੀਂ ਇੱਕ ਮਹਿਲਾ ਸਭਾ ਆਯੋਜਿਤ ਕੀਤੀ, ਜਿੱਥੇ ਲੇਡੀਜ਼ ਨੂੰ ਦਾ ਇਕੱਠ ਕਰਕੇ ਉਹਨਾਂ ਦੀਆਂ ਕੀ ਜ਼ਰੂਰਤਾਂ ਹੈਗੀਆਂ ਉਹਨਾਂ ਸੰਬੰਧੀ ਨੋਟ ਕੀਤਾ ਗਿਆ। ਅਤੇ ਫਿਰ ਅਸੀਂ ਵਾਰਡ ਵਾਈਜ਼ ਵੀ ਵਾਰਡ ਸਭਾਜ਼ ਕੀਤੀਆਂ, ਸਾਰੇ ਦੇ 7 ਦੇ 7 ਵਾਰਡਾਂ ਵਿੱਚ ਵਾਰਡ ਸਭਾਜ਼ ਆਯੋਜਿਤ ਕੀਤੀਆਂ ਗਈਆਂ। ਅਤੇ ਅੱਜ 30 ਤਰੀਕ ਨੂੰ ਅਸੀਂ ਇੱਕ ਪਿੰਡ ਵਿੱਚ ਗ੍ਰਾਮ ਸਭਾ ਰੱਖੀ ਸੀ। ਇਹ ਗ੍ਰਾਮ ਸਭਾ ਗੁਰੂ ਘਰ ਵਿਖੇ ਹੋਈ, ਉੱਥੇ ਪਿੰਡ ਦੀਆਂ ਵੱਧ ਤੋਂ ਵੱਧ ਲੋਕਾਂ ਨੇ ਉੱਥੇ ਪਾਰਟ ਲਿਆ ਅਤੇ ਅਸੀਂ ਲੋਕਾਂ ਦੀਆਂ ਸਾਂਝੀਆਂ ਡਿਮਾਂਡਾਂ ਨੂੰ ਪਹਿਲ ਦੇ ਆਧਾਰ 'ਤੇ ਗ੍ਰਾਮ ਸਭਾ ਦੇ ਬਜਟ ਵਿੱਚ ਇੰਕਲੂਡ ਕੀਤਾ। ਉੱਥੇ ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਬਣਾਇਆ ਗਿਆ, ਨੈਕਸਟ ਫਾਈਨੈਂਸ਼ੀਅਲ ਈਅਰ ਵਿੱਚ ਪੰਚਾਇਤ ਵਿੱਚ ਕੀ ਕੰਮ ਕਰਵਾਏ ਜਾਣੇ ਹੈ ਉਹਨਾਂ ਸਾਰੇ ਬਾਰੇ ਲਿਖਿਆ ਗਿਆ, ਅਤੇ ਨਾਲ ਹੀ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਜਿਹੜੇ 9 ਥੀਮਸ ਹੈ ਉਹਨਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਅਤੇ ਉਹਨਾਂ ਵਿੱਚੋਂ 3 ਥੀਮਸ 'ਤੇ ਪੰਚਾਇਤ ਵੱਲੋਂ ਅਤੇ ਗ੍ਰਾਮ ਸਭਾ ਵੱਲੋਂ ਸੰਕਲਪ ਲਏ ਗਏ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਸਾਰੀਆਂ ਪਿੰਡਾਂ ਵਿੱਚ ਵੀ ਇੰਨੇ ਵਧੀਆ ਤਰੀਕੇ ਨਾਲ ਗ੍ਰਾਮ ਸਭਾ ਕੀਤੀਆਂ ਜਾ ਰਹੀਆਂ। ਥੈਂਕ ਯੂ ਮੈਮ। ਅੱਜ ਪਿੰਡ ਬਾਜੇਵਾਲਾ ਬਲੋਕ ਚਨੋਈ ਦੇ ਵਿੱਚ ਅਸੀਂ ਮਾਡਲ ਗ੍ਰਾਮ ਸਭਾ ਕਰਵਾਈ ਸੀ, ਉਹਦੇ ਵਿੱਚ ਮੈਂ ਵੀ ਸ਼ਾਮਿਲ ਕੀਤਾ ਸੀਗਾ। ਉਹਦੇ ਵਿੱਚ ਪੰਚਾਇਤ ਸਰਪੰਚ ਸਰਪੰਚ ਸਾਹਿਬ ਵੱਲੋਂ ਕਾਫੀ ਮਿਹਨਤ ਕੀਤੀ ਨੇ, ਕਾਫੀ ਲੋਕ ਇਕੱਠੇ ਹੋਏ ਸੀ। ਸਾਡੀ ਮੇਨ ਮਕਸਦ ਸੀ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ ਤਹਿਤ ਅਸੀਂ ਗ੍ਰਾਮ ਸਭਾ ਕਰਵਾਈ। ਇਹਦੇ ਵਿੱਚ ਪੰਚਾਇਤ ਵੱਲੋਂ ਮਾਡਲ ਗ੍ਰਾਮ ਸਭਾ ਜਿਵੇਂ ਕਿ ਬਾਲ ਸਭਾ ਅਤੇ ਮਹਿਲਾ ਸਭਾ ਅਤੇ ਉਸ ਤੋਂ ਬਾਅਦ ਗ੍ਰਾਮ ਸਭਾ ਅਤੇ ਵਾਰਡ ਸਭਾ ਵੀ ਕਰਵਾਏ ਨੇ। ਤੋ ਮੈਂ ਉਮੀਦ ਕਰਦਾ ਕਿ ਜਿੰਨਾ ਅਸੀਂ ਐਫਰਟ ਕੀਤੀ ਸੀ ਪੰਚਾਇਤ ਵੱਲੋਂ ਕਿ ਉਹਦਾ ਐਫਰਟ ਉਹਦਾ ਸਕਸੈਸਫੁਲ ਰਿਜ਼ਲਟ ਮਿਲਣਗੇ ਅਤੇ ਹਰੇਕ ਪੈਸੇ ਦੀ ਅਕਾਊਂਟੇਬਿਲਟੀ ਅਤੇ ਹਰੇਕ ਵਿਕਾਸ ਕੰਮ ਦੇ ਵਿੱਚ ਲੋਕ ਦਾ ਭਾਗੀਦਾਰੀ ਰਹਿਣਗੇ। ਧੰਨਵਾਦ।